Patiala once the police uniform has been tainted. One of the Patiala police, the alleged audio went viral these days in which a policeman related a case asking for money in. According to information under the Century Enclave police station in the ensuing area, there was a dispute between two neighbors and beating each other up that a video also appears. But the parties to which the case is registered, according to them, they were lied to because their houses they were beaten up only after they got in and filed a case against them given. ਅਸ਼ਮ ਦੱਸ ਲਓ ਜਿਹੜੀ ਇੱਕ ਆਡੀਓ ਵਾਇਰਲ ਹੋਈ ਪਈ ਹੈ ਆਡੀਓ ਵੀਡੀਓ ਹੈ ਕੀ ਚੀਜ਼ ਇਸ ਵਿੱਚ ਮੈਟਰ ਐਕਚੁਅਲੀ ਜੀ ਜਿਹੜੀ ਆਡੀਓ ਵਾਇਰਲ ਹੋਈ ਹੈ ਜੀ ਮੇਰੇ ਵੀ ਧਿਆਨ 'ਚ ਸਾਡੇ ਸਾਰੇ ਅਫਸਰਾਂ ਦੇ ਧਿਆਨ ਦੇ ਵਿੱਚ ਹੀ ਹੈਗੀ ਹੈ ਜੀ ਅਤੇ ਇਹ ਆਡੀਓ ਦੇ ਅਕੋਰਡਿੰਗ ਅਸੀਂ ਕੇਸ ਦੀ ਇਨਵੈਸਟੀਗੇਸ਼ਨ ਹੋਰ ਡੀਪਲੀ ਕਰ ਰਹੇ ਹਾਂ ਮੈਂ ਇਹਨੂੰ ਸਟੱਡੀ ਕਰ ਰਹੀ ਹਾਂ ਜੀ ਕੇਸ ਨੂੰ ਜੋ ਵੀ ਫੈਕਟਸ ਐਂਡ ਫਿਗਰ ਸਾਡੇ ਸਾਹਮਣੇ ਆਉਣਗੀਆਂ ਉਹਦੇ ਅਕੋਰਡਿੰਗ ਬਣਦੀ ਕਾਰਵਾਈ ਕਰਾਂਗੇ ਜੀ ਆਡੀਓ ਜਿਹੜਾ ਹੈਗਾ ਪੁਲਿਸ ਵਾਲਾ ਇਸੀ ਥਾਣੇ ਦਾ ਹੈਗਾ ਜੀ ਇਹ ਜਿਹੜਾ ਆਡੀਓ ਜੀ ਐਸੀ ਚੌਂਕੀ ਦੀ ਹੈ ਜੀ ਪਹਿਲਾਂ ਇੱਥੇ ਕੁਝ ਓਫੀਸ਼ੀਅਲਸ ਕੰਮ ਕਰ ਰਹੇ ਸੀ ਜੀ ਉਹਨਾਂ ਦੇ ਹੁੰਦਿਆਂ ਹੋਇਆਂ ਇਹ ਆਡੀਓ ਵਾਇਰਲ ਹੋਈ ਹੈ ਜੀ ਅਤੇ ਇੱਥੇ ਮੇਰੇ ਜੁਆਇਨ ਕਰਨ ਤੋਂ ਬਾਅਦ ਮੈਂ ਇਹਦੀ ਤਫਤੀਸ਼ ਕਰ ਰਹੀ ਹਾਂ ਜੀ ਹੁਣ ਤੱਕ ਕੀ ਕਾਰਵਾਈ ਜਿਹੜੀ ਕੀਤੀ ਗਈ ਹੈ ਇਹਦੇ ਵਿੱਚ ਜੀ ਜਿਹੜੇ ਅਕੋਰਡਿੰਗ ਟੂ ਕੇਸ ਜਿੰਨੇ ਵੀ ਅਕਿਊਜ਼ਡ ਹੈਗੇ ਜੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਜੀ ਬਾਕੀ ਪੈਂਡਿੰਗ ਜਿੰਨੇ ਵੀ ਅਕੋਰਡਿੰਗ ਟੂ ਕੇਸ ਸਟੱਡੀ ਕਰਕੇ ਜਿਹੜੇ ਵੀ ਪੈਂਡਿੰਗ ਅਕਿਊਜ਼ਡ ਹੈ ਜੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕੀ ਨਾਮ ਹੈ ਜੀ ਨੀਲੂ ਰਾਣੀ ਜੀ ਨੀਲੂ ਜੀ ਕੀ ਹੋਇਆ ਸੀਗਾ ਉਸ ਦਿਨ ਅਤੇ ਸਰ ਮੈਨੂੰ ਨਾ ਉਹਨਾਂ ਦੇ ਬੇਟੇ ਨੇ ਜਿਹੜੇ ਉਹ ਛੇੜਦੇ ਰਹਿੰਦੇ ਸੀਗੇ ਅਤੇ ਮੈਂ ਰਸਤੇ 'ਚ ਜਾ ਰਹੀ ਸੀ ਉਹ ਮੈਨੂੰ ਗਲਤ ਮਰਤ ਬੋਲ ਰਹੇ ਸੀ ਮੈਂ ਘਰਦਿਆਂ ਨੂੰ ਆ ਕੇ ਦੱਸਿਆ ਅਤੇ ਮੇਰੇ ਘਰ ਦੇ ਇਹਨਾਂ ਨੂੰ ਕਹਿਣ ਗਏ ਇਹਨਾਂ ਦੇ ਘਰਦਿਆਂ ਨੂੰ ਕਹਿਣ ਗਏ ਅਤੇ ਬਸ ਜਦੋਂ ਕਹਿਣ ਗਏ ਉਹ ਤੋਂ ਬਾਅਦ ਕਹਿ ਕੇ ਉਹਨਾਂ ਨੂੰ ਕਹਿ ਕੇ ਆ ਗਏ ਵਾਪਸ ਅਤੇ ਫਿਰ ਸਾਡੇ ਘਰ ਹੀ ਆ ਕੇ ਉਹਨਾਂ ਨੇ ਮਾਰ ਕੁਟਾਈ ਕਰਤੀ ਪੂਰੇ ਮੰਮੀ ਨੂੰ ਫੜ ਲਿਆ ਜਿਹੜੇ ਨਾਲ ਦੇ ਨੇ ਗੁਆਂਢੀ ਹਾਂਜੀ ਕੀ ਕਿਤਨਾ ਕੁੱਟਮਾਰ ਪਈ ਸੀ ਕੀ ਚੀਜ਼ਾਂ ਸੀ ਤੁਸੀਂ ਕੋਈ ਵੀਡੀਓ ਵਗੈਰਾ ਵੀ ਬਣਾਈ ਹੋਈ ਸੀ ਹਾਂਜੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਰਿਕਾਰਡਿੰਗ ਵੀ ਹੈਗੀ ਸਾਰਾ ਕੁਛ ਹੈ ਜੀ ਅਤੇ ਪੁਲਿਸ ਨੇ ਉਹਨਾਂ ਦੇ ਤੋਂ ਕੋਈ ਐਕਸ਼ਨ ਨਹੀਂ ਲਿੱਤਾ ਸਾਡੇ 'ਤੇ ਐਕਸ਼ਨ ਲਿੱਤਾ ਹੈ ਕਿਉਂ ਕਾਰਨ ਕਾਰਨ ਹੀ ਉਹਨਾਂ ਦੇ ਜਿਹੜਾ ਇੱਕ ਹੈਗਾ ਦਰਸਨ ਹਵਲਦਾਰ ਜੀ ਉਹਨਾਂ ਦੇ ਘਰ ਆਉਂਦੇ ਰਹਿੰਦੇ ਸੀਗੇ ਰੋਜ਼ ਜੀ ਆ ਕੇ ਬਹਿ ਕੇ ਦਾਰੂ ਪੀਣੀ ਇੱਥੇ ਸਾਡੇ ਗਲੀ 'ਚ ਆ ਕੇ ਬੋਲਣਾ ਸਾਨੂੰ ਇਹ ਆਊਰੇ ਸੈਂਚਰੀ ਕੇਪ ਜੀ ਹਾਂਜੀ ਹੁਣ ਕੀ ਮੰਗ ਕਰ ਰਹੇ ਤੁਸੀਂ ਬਸ ਮੈਂ ਤਾਂ ਇਹੀ ਮੰਗ ਕਰਦੀ ਹਾਂ ਸਾਡੀ ਸੁਣਵਾਈ ਹੋ ਗਈ ਕੀ ਨਾਮ ਹੈ ਜੀ ਕੀ ਹੋਇਆ ਸੀਗਾ ਅਤੇ ਹੁਣ ਕੀ ਕਾਰਵਾਈ ਚੱਲ ਰਹੀ ਹੈ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਇਹ ਇੱਕ ਪਰਿਵਾਰ ਹੈ ਜੀ ਮੇਰੀ ਸਿਸਟਰ ਹੈ ਜੀ ਇਹਨਾਂ ਦੇ ਘਰ ਹਮਲਾ ਹੋਇਆ ਅਤੇ ਉਸ ਹਮਲਾ ਹੋਣ ਤੋਂ 20-25 ਮਿੰਟਾਂ ਬਾਅਦ ਮੇਰੇ ਕੋਲ ਕਾਲ ਆਈ ਵੀ ਸਾਡੇ ਸੱਟਾਂ ਵੱਜੀਆਂ ਵੀ ਸਾਨੂੰ ਦਾਖਲ ਕਰਾਇਆ ਜਾਵੇ ਮੈਂ ਇਹਨਾਂ ਦੇ ਪਿੰਡ ਵੀ ਨਹੀਂ ਆਇਆ ਇੱਥੋਂ ਤਕਰੀਬਨ ਇਸ ਪਿੰਡ ਤੋਂ ਕਿਲੋਮੀਟਰ ਅੱਗੇ ਇਹਨਾਂ ਨੂੰ ਮੈਂ ਸਿਰਫ ਚੱਕ ਕੇ ਜਿੰਦਰਾ ਹਸਪਤਾਲ ਤੱਕ ਪਹੁੰਚਾਇਆ ਜਿੱਥੇ ਮੈਂ ਉਸ ਟਾਈਮ ਮੌਜੂਦ ਬੈਠਾ ਸੀਗਾ ਉਸਦੀ CC ਕੈਮਰੇ ਦੀ ਫੁਟੇਜ ਅਤੇ ਆਡੀਓ ਅਸੀਂ SSP ਸਾਹਿਬ ਨੂੰ 2 ਵਾਰ ਦੇ ਆਏ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਹਦੇ ਮੈਂ ਵੀਡੀਓ ਵੀ ਅਸੀਂ ਨੇ ਇਹਨਾਂ ਨੇ ਮੌਕੇ 'ਤੇ ਕਿਸੇ ਪਰਿਵਾਰ ਦੇ ਮੈਂਬਰ ਨੇ ਬਣਾਈ ਆ ਉਹਦੀ ਵੀਡੀਓ ਦੇ ਵਿੱਚ ਵੀ ਮੈਂ ਨਹੀਂ ਹਾਂ ਅਤੇ ਅਸੀਂ ਵਾਰ ਵਾਰ SSP ਸਾਹਿਬ ਦੇ 2 ਵਾਰ ਗੁਹਾਰ ਲਾਉਣ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਕਿ ਪਰਚਾ ਦੂਸਰੀ ਪਾਰਟੀ ਦੇ ਬਣਦਾ ਸੀਗਾ ਸੁਪਰੀਮ ਕੋਰਟ ਦੇ ਆਰਡਰ ਨਹੀਂ ਵੀ ਜੇ ਕਿਸੇ ਦੇ ਘਰ ਹਮਲਾ ਹੁੰਦਾ ਤਾਂ ਆਪਣੀ ਆਤਮ ਰੱਖਿਆ ਲਈ ਅਸੀਂ ਕੁਛ ਵੀ ਕਰ ਸਕਦੇ ਹਾਂ ਪਰ ਜਦੋਂ ਇਹ ਵਾਕਿਆ ਦੇਖਿਆ ਜਾਂਦਾ ਵੀ ਇਹਨਾਂ ਦੇ ਘਰ ਹਮਲਾ ਹੋਇਆ ਇਹਨਾਂ 'ਤੇ ਪਰਚਾ ਹੋਇਆ ਹੋ ਗਿਆ ਕੱਲੂ ਕਿਤੇ ਐਕਸੀਡੈਂਟ ਹੋਊਗਾ ਮੇਰੇ ਵਰਗਾ ਜਾਂ ਕੋਈ ਹੋਰ ਇਨਸਾਨ ਉਹਦੀ ਵੀ ਹੈਲਪ ਨਹੀਂ ਕਰੇਗਾ ਕੀ ਕਾਰਨ ਕਿ ਤੁਹਾਡੇ 'ਤੇ ਪਰਚਾ ਹੋਇਆ ਤੁਹਾਡੇ ਘਰ ਹਮਲਾ ਹੋਇਆ ਤੁਹਾਡੇ 'ਤੇ ਪਰਚਾ ਹੋਇਆ ਕੀ ਕਾਰਨ ਦੇਖੋ ਜੀ ਇਹ ਮੈਂ ਸਿਰਫ ਇਹਨਾਂ ਦੀ ਮਦਦ ਕੀਤੀ ਹੈ ਜੀ ਦਰਸ਼ਨ ਹੌਲਦਾਰ ਨੂੰ ਮੇਰੇ ਨਾਲ ਪਤਾ ਨਹੀਂ ਕੀ ਦੁਸ਼ਮਣੀ ਸੀਗੀ ASI ਬਲਵੀਰ ਸਿੰਘ ਉਹਨਾਂ ਨੇ ਮੇਰਾ ਕਿਉਂ ਵਿੱਚ ਨਾਂ ਪਾਇਆ ਕੀ ਵਜ੍ਹਾ ਰੰਜਿਸ਼ ਹੈ ਇੱਕ ਜਿਹੜੀ ਤੁਸੀਂ ਓੜੀ ਦਿੱਤੀ ਓੜੀ 'ਚ ਦਰਸ਼ਨ ਸਿੰਘ ਜੀ 10,000 ਰੁਪਏ ਕਹਿ ਰਹੇ ਹੋ ਕੀ ਹੈਗਾ ਮੈਟਰ ਇੱਕ ਜਿਹੜਾ ਉਹ ਆਡੀਓ ਦੇ ਵਿੱਚ 10,000 ਰੁਪਏ ਉਹ ਕਹਿ ਰਿਹਾ ਸਾਨੂੰ ਨਹੀਂ ਪਤਾ ਕੀ ਆ 10,000 ਰੁਪਏ ਇੱਦਾਂ ਕਹਿ ਰਿਹਾ ਵੀ 10,000 ਰੁਪਏ ਦੇ ਕੇ ਡਾਕਟਰ ਨੂੰ ਮੈਂ ਸ਼ਾਰਪ ਸੱਟ ਕਰਾਈ ਆ ਵੀ ਇਹ ਸਨੀ ਨੂੰ ਜਿਹੜਾ ਜਿਹਨੇ ਜਿਹੜਾ ਮੇਰਾ ਸ਼ੋਰਟ ਨੇਮ ਆ ਇਸ ਨੂੰ ਜ਼ਿਆਦਾ ਠੋਕਿਆ ਮੈਨੇ ਉਹ ਪਤਾ ਨਹੀਂ ਹੁਣ ਅਸੀਂ ਉਹਨੂੰ ਵਾਰ ਵਾਰ ਪੁੱਛ ਰਹੇ ਹਾਂ ਵੀ ਕੀ ਕਾਰਨ ਆ ਸਾਨੂੰ ਦੱਸਿਆ ਜਾਵੇ ਸਾਡੀ ਗਰੀਬਾਂ ਦੀ ਹੈਲਪ ਕੀਤੀ ਜਾਵੇ SSP ਸਾਹਿਬ ਨੂੰ ਅਸੀਂ ਵਾਰ ਵਾਰ ਬਹੁਤ ਹੀ ਇਮਾਨਦਾਰ ਇਨਸਾਨ ਨੇ ਵਾਰ ਵਾਰ ਬੇਨਤੀ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਕਿੰਨੇ ਚਿਰ ਹੋ ਗਏ ਇਸ ਕੇਸ ਨੂੰ ਜਿਹੜਾ ਹੈਗਾ ਤੁਹਾਡਾ ਇਨਸਾਫ ਨਹੀਂ ਮਿਲਿਆ ਕਿੰਨੇ ਦਿਨ ਲਈ ਸਰ ਬਹੁਤ ਟਾਈਮ ਹੋ ਗਿਆ ਜੀ ਇਸ ਕੇਸ ਨੂੰ ਜੀ ਅਸੀਂ ਪਹਿਲਾਂ ਵੀ SSP 7 ਨਵੰਬਰ 2018 ਨੂੰ ਜਾ ਚੁੱਕੇ ਹਾਂ ਪੇਸ਼ੀ ਨੰਬਰ ਹੈ 80-81 ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ ਦੁਬਾਰਾ ਫਿਰ ਮੈਂ ਐਪਲੀਕੇਸ਼ਨ ਲੈ ਕੇ SSP ਸਾਹਿਬ ਦੇ ਗਿਆ 14/8/2019 ਨੂੰ ਅੱਜ ਦੇਖ ਲਓ ਸਰ 10ਵਾਂ ਮਹੀਨਾ ਚੱਲ ਪਿਆ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ
ਕੋਈ ਰੈਸਟ ਵਗੈਰਾ ਕੋਈ ਕੋਈ ਰੈਸਟ ਨਹੀਂ ਸਰ ਉਲਟਾ ਇਹਨਾਂ ਨੂੰ ਹੀ ਤੰਗ ਪਰੇਸ਼ਾਨ ਕਰਤਾ ਜਾਂਦਾ ਸਵੇਰੇ 4 ਵਜੇ ਚੱਕ ਕੇ ਲੈ ਜਾਂਦੀ ਸੀ ਪੁਲਿਸ ਤੁਸੀਂ ਕੰਪਲੇਂਟ ਕੀਤੀ ਹੈ ਸਰ ਅਸੀਂ ਵੀ ਕੰਪਲੇਂਟ ਕਰ ਚੁੱਕੇ ਹਾਂ ਕਿਹੜੀ ਵਜੇ ਦਿੱਤੀ ਕੰਪਲੇਂਟ ਸਰ ਅਸੀਂ ਪਹਿਲਾਂ ਆਪਣੇ ਇੱਥੇ ਬਿਆਨ ਲੈ ਕੇ ਗਏ ਸੀਗੇ ਪਰਿਵਾਰ ਵੀ ਜਿੰਦਰਾ ਹਸਪਤਾਲ 'ਚ ਦਾਖਲ ਹੋਏ ਸੀ ਇਹਨਾਂ ਦੇ ਵੀ ਬਿਆਨ ਹੋਏ ਸੀਗੇ ਉਹ ਬਿਆਨਾਂ ਦੇ ਆਧਾਰ 'ਤੇ ਕੁਛ ਨਹੀਂ ਹੋਇਆ ਜੀ ਉਲਟਾ ਇਹਨਾਂ 'ਤੇ ਪਰਚਾ ਹੋ ਗਿਆ ਅਸੀਂ ਦੁਬਾਰਾ SSP ਸਾਹਿਬ ਦੇ ਪੇਸ਼ ਹੋਏ ਹਾਂ ਦੋ ਵਾਰੀ ਸਾਡੀ ਕੋਈ ਸੁਣਵਾਈ ਨਹੀਂ ਹੋਈ